this South Asian Media Group, Y Media. ਕਰਲਨ ਪੈਰਿਸ਼ ਜਿਹੜੇ ਨੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈਗੀ ਹੈ। ਕਰਲਨ ਪੈਰਿਸ਼ ਮਿਸਿਸਾਗਾ ਦੇ ਜਿਹੜੇ ਅਗਲੇ ਬੇਅਰ ਨੇ ਉਹ ਹੁਣ ਬਣ ਗਏ ਨੇ। ਅਸੀਂ ਦੱਸ ਦਈਏ ਕਿ ਇਹਦੇ ਵਿੱਚ ਨੰਬਰ 1 ਪੋਜੀਸ਼ਨ ਤੇ ਰਹੇ ਕਰਲਨ ਪੈਰਿਸ਼, ਉਹਨਾਂ ਨੇ 8500 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਹਾਸਲ ਕੀਤੀ। ਕਰਲਨ ਪੈਰਿਸ਼ ਨੂੰ ਮਿਲੀਆਂ 43,494 ਵੋਟਸ। ਇਸ ਤੋਂ ਇਲਾਵਾ ਐਲਵਿਨ ਟੈਡਜੋ ਲਗਭਗ 35,000 ਵੋਟਾਂ ਉਹਨਾਂ ਨੂੰ ਮਿਲੀਆਂ, 35,005 ਵੋਟਸ ਐਲਵਿਨ ਟੈਡਜੋ ਦੂਸਰੇ ਨੰਬਰ ਤੇ ਰਹੇ। ਦੀਪਿਕਾ ਦਮਰੇਲਾ ਜਿਹੜੇ ਨੇ ਉਹ ਤੀਸਰੀ ਨੰਬਰ ਤੇ ਰਹੇ, ਉਹਨਾਂ ਨੂੰ 27,119 ਵੋਟਸ ਮਿਲੀਆਂ। ਚੌਥੇ ਨੰਬਰ ਤੇ ਰਹੇ ਸਟੀਫਨ ਡੈਸਕੋ ਜਿਨ੍ਹਾਂ ਨੂੰ ਕਿ 22,408 ਵੋਟਸ ਮਿਲੀਆਂ। ਉਸ ਤੋਂ ਬਾਅਦ ਡੇਵਿਡ ਸ਼ਾਹ ਉਹਨਾਂ ਨੂੰ 2843 ਵੋਟਾਂ ਮਿਲੀਆਂ। ਬ੍ਰਾਇਨ ਕ੍ਰੋਮਬੀ ਉਹਨਾਂ ਨੂੰ 2242 ਵੋਟਸ ਜਿਹੜੀਆਂ ਨੇ ਉਹ ਮਿਲੀਆਂ ਨੇ। ਅਸੀਂ ਦੱਸ ਦਈਏ ਕਿ ਜੋ ਓਵਰਆਲ ਵੋਟਸ ਆਈਆਂ ਨੇ 138,500 ਦੇ ਆਸ ਪਾਸ ਵੋਟਾਂ ਜਿਹੜੀਆਂ ਨੇ ਪਈਆਂ ਨੇ। 138,500 ਵੋਟਸ ਜਿਹੜੀਆਂ ਨੇ ਉਹ ਪਈਆਂ ਨੇ। ਸੋ ਇਹ ਜੋ ਓਵਰਆਲ ਅਸੀਂ ਗੱਲ ਕਰੀਏ, ਵੋਟਰ ਟਰਨ ਆਊਟ ਜਿਹੜੀ ਸੀਗੀ ਉਹ 25.71%, ਯਾਨੀ ਕਿ 25.71% ਜਿਹੜੀ ਹੈ ਉਹ ਵੋਟਾਂ ਪਈਆਂ ਨੇ। ਅਸੀਂ ਦੱਸ ਦਈਏ ਕਿ ਮਿਸਿਸਾਗਾ ਦੇ ਵਿੱਚ ਇਸ ਤੀਸਰੀ ਮੇਅਰ ਹੈਗੇ ਔਰ ਤਿੰਨ ਦੇ ਤਿੰਨ ਜਿਹੜੀਆਂ ਨੇ ਉਹ ਮਹਿਲਾ ਮੇਅਰਸ ਹੀ ਰਹੀਆਂ ਨੇ। ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਪਹਿਲਾਂ ਹੇਜ਼ਲ ਮਕਾਲੀਅਨ ਰਹੇ ਨੇ ਇੱਥੇ ਮੇਅਰ, ਫਿਰ ਬੋਨੀ ਕ੍ਰੋਮਵੇ, ਔਰ ਹੁਣ ਕੈਰਲਨ ਪੈਰਿਸ਼ ਜਿਹੜੇ ਹੈਗੇ ਨੇ ਉਹ ਮੇਅਰ ਬਣ ਗਏ ਨੇ। ਤੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੱਲ ਇਲੈਕਸ਼ਨ ਨਾਈਟ ਜਦੋਂ ਅਸੀਂ ਕਵਰ ਕਰ ਰਹੇ ਸੀਗੇ ਵਾਈ ਮੀਡੀਆ ਦੇ ਉੱਤੇ ਲਾਈਵ, ਅਸੀਂ ਲਗਾਤਾਰ ਜਿਹੜੀ ਮਿਸਿਸਾਗਾ ਇਲੈਕਸ਼ਨ ਜਿਹੜੀ ਉਹ ਕਵਰ ਕੀਤੀ ਹੈ। ਸੋ ਇਸ ਤੋਂ ਪਹਿਲਾਂ ਅਸੀਂ ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ ਵੀ ਜਾਰੀ ਕੀਤਾ ਸੀਗਾ ਸੰਡੇ ਦੇਰ ਰਾਤ ਨੂੰ ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ ਜਾਰੀ ਕੀਤਾ ਸੀ, ਜਿਹਦੇ ਵਿੱਚ ਕਿ ਇਹੀ ਪ੍ਰੈਡਿਕਸ਼ਨ ਸੀਗੀਆਂ ਇਸੇ ਆਰਡਰ ਦੇ ਵਿੱਚ ਕਿ ਕੈਰਲਨ ਪੈਰਿਸ ਜਿਹੜੀ ਉਹ ਰੇਸ ਜਿੱਦੀ ਨਜ਼ਰ ਆ ਰਹੀ ਹੈਗੀ ਹੈ। ਐਲਵਿਨ ਟੈਡਜੋ ਦੂਸਰੇ ਨੰਬਰ ਤੇ ਰਹਿਣਗੇ, ਦੀਪਿਕਾ ਦਮਰੇਲਾ ਤੀਸਰੇ ਔਰ ਸਟੀਫਨ ਡੈਸਕੋ ਜਿਹੜੇ ਨੇ ਉਹ ਚੌਥੇ ਨੰਬਰ ਦੇ ਉੱਤੇ ਰਹਿਣਗੇ। ਸੋ ਜੋ ਸੰਡੇ ਰਾਤ ਨੂੰ ਯਾਨੀ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੋਟਾਂ ਪਈਆਂ ਨੇ ਮੰਡੇ ਨੂੰ, ਸੋ ਸੰਡੇ ਰਾਤ ਨੂੰ ਦੇਰ ਰਾਤ ਅਸੀਂ ਇਹ ਪੋਲ ਸਰਵੇ ਜਿਹੜਾ ਜਾਰੀ ਕੀਤਾ ਸੀਗਾ ਕਿ ਇਹ ਸਾਡਾ ਪੋਲ ਸਰਵੇ ਹੈ ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ। ਸੋ ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ ਦੇ ਵਿੱਚ ਅਸੀਂ ਇਹੀ ਆਰਡਰ ਜਾਰੀ ਕੀਤਾ ਸੀਗਾ ਕਿ ਇਸ ਤਰ੍ਹਾਂ ਜਿਹੜੀ ਹੈ ਇਹ ਚਾਰ ਪੋਜੀਸ਼ਨ ਰਹਿਣਗੀਆਂ। ਐਗਜੈਕਟਲੀ ਉਸੇ ਤਰ੍ਹਾਂ ਅਗਲੇ ਦਿਨ ਜਿਹੜੀਆਂ ਨੇ ਵੋਟਾਂ ਦੇ ਵਿੱਚ ਇਹ ਚਾਰ ਪੋਜੀਸ਼ਨ ਨਿਕਲੀਆਂ ਨੇ। ਸੋ ਵਾਈ ਮੀਡੀਆ ਮੇਨ ਸਟਰੀਟ ਪੋਲ ਸਰਵੇ ਦੇ ਬਾਰੇ ਅੱਗੇ ਚੱਲ ਕੇ ਕੁਝ ਹੋਰ ਡਿਟੇਲਸ ਤੁਹਾਡੇ ਨਾਲ ਸ਼ੇਅਰ ਕਰਾਂਗੇ, ਲੇਕਿਨ ਜਿੱਥੇ ਅਸੀਂ ਮੇਨ ਸਟਰੀਟ ਔਰ ਵਾਈ ਮੀਡੀਆ ਦਾ ਜਿਹੜਾ ਪੋਲ ਸਰਵੇ ਹੈ ਉਹ ਕਿਉਂ ਇੰਨਾ ਐਕੂਰੇਟ ਰਿਹਾ ਇਹਦੇ ਬਾਰੇ ਕੁਇਟੋ ਮੈਗੀ ਉਹ ਸਾਡੇ ਨਾਲ ਸੀ ਕੱਲ ਸਟੂਡੀਓ ਦੇ ਵਿੱਚ, ਰਾਬਰਟ ਸੀਗੇ ਸਾਡੇ ਨਾਲ, ਸੋ ਉਹਨਾਂ ਦੇ ਨਾਲ ਵੀ ਅਸੀਂ ਅੱਗੇ ਚੱਲ ਕੇ ਗੱਲਬਾਤ ਜ਼ਰੂਰ ਕਰਾਂਗੇ। ਨਵੀਂ ਬੜੀ ਮੇਅਰ ਕੈਰਲਨ ਪੈਰਿਸ਼ ਨੂੰ ਮੁਬਾਰਕਬਾਦ ਦੇ ਸੰਦੇਸ਼ ਪ੍ਰੀਮੀਅਰ ਡਗਫੋਰਡ ਸਾਹਿਬ ਵੱਲੋਂ, ਉਸ ਤੋਂ ਇਲਾਵਾ ਐਨਡੀਪੀ ਲੀਡਰ ਮੈਰਿਟ ਸਟਾਈਲਸ ਵੱਲੋਂ ਔਰ ਲਿਬਰਲ ਪਾਰਟੀ ਦੇ ਲੀਡਰ ਬਣ ਚੁੱਕੇ ਨੇ, ਪਹਿਲਾਂ ਮਿਸਿਸਾਗਾ ਦੇ ਮੇਅਰ ਸੀਗੇ ਬੋਨੀ ਕ੍ਰੋਮਬੀ, ਉਹਨਾਂ ਨੇ ਵੀ ਇਹਨਾਂ ਸਾਰਿਆਂ ਨੂੰ ਜਿਹੜੀ ਮੁਬਾਰਕਬਾਦ ਦਿੱਤੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਕੈਰਲਨ ਪੈਰਿਸ਼ ਜਿਹੜੇ ਆ ਜਿਨ੍ਹਾਂ ਦੀ ਉਮਰ ਹੁਣ ਇਸ ਵੇਲੇ 77 ਸਾਲ ਹੈਗੀ ਆ, ਸਕੂਲ ਬੋਰਡ ਟਰਸਟੀ ਦੇ ਤੌਰ ਦੇ ਉੱਤੇ 1980s ਦੇ ਵਿੱਚ ਇਲੈਕਟ ਹੋਏ, ਉਸ ਤੋਂ ਬਾਅਦ ਫੈਡਰਲ ਪੋਲੀਟਿਕਸ ਦੇ ਵਿੱਚ 90s ਦੇ ਵਿੱਚ ਉਹ ਇਨਵੋਲਵ ਰਹੇ ਔਰ ਫੈਡਰਲ ਪੋਲੀਟਿਕਸ ਤੋਂ ਬਾਅਦ ਅਸੀਂ ਦੱਸ ਦਈਏ ਕਿ 2006 ਤੱਕ ਉੱਥੇ ਰਹੇ, ਫਿਰ ਮਿਸਿਸਾਗਾ ਦੀ ਕੌਂਸਲ ਦੇ ਵਿੱਚ ਸੀਟ ਜਿੱਤੀ ਉਹਨਾਂ ਨੇ
ਔਰ ਇਸ ਤੋਂ ਬਾਅਦ ਅਸੀਂ ਦੱਸ ਦਈਏ ਕਿ ਵਾਰਡ ਨੰਬਰ 5 ਨੂੰ ਉਹ ਰਿਪ੍ਰੈਜ਼ੈਂਟ ਕਰਦੇ ਰਹੇ ਰੀਸੈਂਟਲੀ, ਲੇਕਿਨ ਹੁਣ ਵਾਰਡ ਨੰਬਰ 5 ਤੋਂ ਉਹਨਾਂ ਨੇ ਆਪਣੀ ਅਸਤੀਫਾ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਫਿਰ ਉਹ ਮਿਸਿਸਾਗਾ ਮੇਅਰ ਦੀ ਇਲੈਕਸ਼ਨ ਲੜੇ। ਮਿਸਿਸਾਗਾ ਦੀ ਮੇਅਰ ਦੀ ਇਲੈਕਸ਼ਨ ਦੀ ਸ਼ੁਰੂਆਤ ਦੇ ਵਿੱਚ ਹੀ ਕਾਫੀ ਜ਼ਿਆਦਾ ਲੀਡ ਉਹਨਾਂ ਨੇ ਲਈ ਹੋਈ ਸੀਗੀ, ਲੇਕਿਨ ਬਾਅਦ ਦੇ ਵਿੱਚ ਐਲਵਿਨ ਟੈਟਚੀਓ, ਦੀਪਿਕਾ ਦੰਬਰੇਲਾ ਔਰ ਸਟੀਫਨ ਡਿਆਸਕੋ ਕਾਫੀ ਵਧੀਆ ਕੰਪੀਟੀਸ਼ਨ ਦੇ ਰਹੇ ਸੀ ਉਹਨਾਂ ਨੂੰ, ਬਟ ਆਖਰੀ ਮੌਕੇ ਤੇ ਇੱਕ ਵਾਰੀ ਫਿਰ ਉਹਨਾਂ ਨੂੰ ਜਿੱਤ ਹਾਸਲ ਕੈਰਲਿਨ ਪੈਰਿਸ਼ ਨੂੰ ਹੋਈ। ਇਹਦੇ ਨਾਲ ਹੀ ਅਸੀਂ ਦੱਸ ਦਈਏ ਕਿ ਵਾਰਡ ਨੰਬਰ 5, ਕਿਉਂਕਿ ਉਹਨਾਂ ਨੇ ਇੱਥੋਂ ਅਸਤੀਫਾ ਦੇ ਦਿੱਤਾ ਸੀਗਾ, ਸੋ ਵਾਰਡ ਨੰਬਰ 5 ਦੇ ਵਿੱਚ ਵੀ ਕੱਲ ਇਲੈਕਸ਼ਨ ਸੀਗੀ। ਵਾਰਡ ਨੰਬਰ 5 ਦੇ ਵਿੱਚ ਵੀ ਬੜਾ ਇੰਟਰਸਟਿੰਗ ਕੰਪੀਟੀਸ਼ਨ ਨਜ਼ਰ ਆਇਆ, ਲੇਕਿਨ ਬਾਅਦ ਦੇ ਵਿੱਚ ਅਸੀਂ ਦੱਸ ਦਈਏ ਕਿ ਨੈਟਲੀ ਹਾਰਟ ਉਹਨਾਂ ਨੇ ਇਲੈਕਸ਼ਨ ਜਿਹੜੀ ਹੈ ਉਹ ਜਿੱਤ ਲਈ ਹੈਗੀ ਹੈ ਵਾਰਡ ਨੰਬਰ 5 ਤੋਂ। ਨੈਟਲੀ ਹਾਰਟ ਹੁਣ ਇੱਥੇ ਦੇ ਕੌਂਸਲਰ ਹੋਣਗੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਨੀਅਰੈਸਟ ਜਿਹੜੇ ਉਹਨਾਂ ਦੇ ਕੰਪੀਟੀਟਰ ਸੀਗੇ ਉਹ ਸੀਗੇ ਡੈਨੀ ਸਿੰਘ, ਜੋ ਕਿ ਦੂਸਰੇ ਨੰਬਰ ਦੇ ਉੱਤੇ ਆਏ ਨੇ। Biggest South Asian Media Group, Why Media?